ਸਬਸਕ੍ਰਾਈਬ ਕਰੋ ਲਿਵਿੰਗ ਪੰਜਾਬ ਨਿਊਜ਼ ਚੈਨਲ ਨੂੰ ਅਤੇ ਨਾਲ ਹੀ ਬੈੱਲ ਆਈਕਨ ਨੂੰ ਦਬਾਓ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਦੇਖਣ ਲਈ। ਦੀਨਾਨਗਰ ਦੇ ਲੜਕੀਆਂ ਦੇ ਸਰਕਾਰੀ ਸਕੂਲ ਵਿੱਚ ਇੱਕ ਵਿਦਿਆਰਥਣ ਰੁਬੈਲਾ ਅਤੇ ਖਸਰੇ ਦਾ ਟੀਕਾ ਲੱਗਣ ਦੇ ਬਾਅਦ ਹੋਈ ਬੇਹੋਸ਼, ਸਿਵਲ ਹਸਪਤਾਲ ਗੁਰਦਾਸਪੁਰ ਵਿੱਚ ਕਰਵਾਇਆ ਗਿਆ ਦਾਖਲ। ਦੀਨਾਨਗਰ ਦੇ ਸਰਕਾਰੀ ਸਕੂਲ ਲੜਕੀਆਂ ਵਿੱਚ ਵਿਦਿਆਰਥਣਾਂ ਨੂੰ ਟੀਕਾਕਰਨ ਦਾ ਪ੍ਰੋਗਰਾਮ ਰੱਖਿਆ ਗਿਆ ਸੀ, ਜਿਸ ਦੇ ਚੱਲਦੇ ਵਿਦਿਆਰਥਣਾਂ ਨੂੰ ਟੀਕੇ ਲਗਾਏ ਜਾ ਰਹੇ ਸਨ, ਪਰ ਕੁਝ ਵਿਦਿਆਰਥਣਾਂ ਵੱਲੋਂ ਟੀਕੇ ਨਾ ਲਗਾਉਣ 'ਤੇ ਵੀ ਉਹਨਾਂ ਨੂੰ ਸਕੂਲ ਵੱਲੋਂ ਜ਼ਬਰਦਸਤੀ ਟੀਕੇ ਲਗਾਏ ਦਿੱਤੇ ਗਏ, ਜਿਸ ਕਾਰਨ ਸਕੂਲ ਦੀ ਇੱਕ ਵਿਦਿਆਰਥਣ ਸੁਨੀਤਾ ਪੁੱਤਰੀ ਬਲਵਿੰਦਰ ਸਿੰਘ, ਜਿਸ ਦੀ ਉਮਰ 16 ਸਾਲ ਹੈ ਅਤੇ 10ਵੀਂ ਜਮਾਤ ਵਿੱਚ ਪੜ੍ਹਦੀ ਹੈ, ਘਰ ਜਾ ਕੇ ਬੇਹੋਸ਼ ਹੋ ਗਈ, ਜਿਸ ਨੂੰ ਪਰਿਵਾਰ ਮੈਂਬਰਾਂ ਨੇ ਸਿਵਲ ਹਸਪਤਾਲ ਗੁਰਦਾਸਪੁਰ ਵਿੱਚ ਦਾਖਲ ਕਰਵਾਇਆ ਹੈ। ਬੱਚੀ ਦੀ ਮਾਂ ਅਤੇ ਚਾਚੇ ਨੇ ਕਿਹਾ ਕਿ ਸਕੂਲ ਵੱਲੋਂ ਕਿਹਾ ਗਿਆ ਸੀ ਕਿ ਜਿਨ੍ਹਾਂ ਬੱਚਿਆਂ ਨੇ ਟੀਕੇ ਨਹੀਂ ਲਗਵਾਉਣੇ ਉਹ ਘਰ ਤੋਂ ਇੱਕ ਅਰਜ਼ੀ ਲਿਖਵਾ ਕੇ ਲੈ ਆਉਣ, ਜਿਸ ਕਰਕੇ ਸਾਡੀ ਬੇਟੀ ਘਰ ਤੋਂ ਅਰਜ਼ੀ ਲੈ ਗਈ ਸੀ, ਪਰ ਉਸ ਨੇ ਉਹ ਅਰਜ਼ੀ ਵੀ ਸਟਾਫ ਨੂੰ ਦਿੱਤੀ, ਪਰ ਸਕੂਲ ਦੇ ਸਟਾਫ ਨੇ ਜ਼ਬਰਦਸਤੀ ਸਾਡੀ ਬੇਟੀ 'ਤੇ ਟੀਕਾ ਲਗਵਾ ਦਿੱਤਾ। ਉਹਨਾਂ ਨੇ ਕਿਹਾ ਕਿ ਜਦੋਂ ਹੀ ਸਾਡੀ ਬੇਟੀ ਘਰ ਪਹੁੰਚੀ ਤਾਂ ਉਹ ਉਲਟੀਆਂ ਕਰ ਰਹੀ ਸੀ ਅਤੇ ਬੇਹੋਸ਼ ਹੋ ਗਈ, ਜਿਸ ਨੂੰ ਅਸੀਂ ਸਿਵਲ ਹਸਪਤਾਲ ਗੁਰਦਾਸਪੁਰ ਲੈ ਕੇ ਆਏ ਹਾਂ। ਬੇਹੋਸ਼ ਹੋਈ ਲੜਕੀ ਦਾ ਇਲਾਜ ਕਰ ਰਹੇ ਡਾਕਟਰ ਮਨਜਿੰਦਰ ਸਿੰਘ ਨੇ ਕਿਹਾ ਕਿ ਲੜਕੀ ਦਾ ਚੈੱਕਅਪ ਕੀਤਾ ਗਿਆ ਹੈ, ਲੜਕੀ ਦਾ ਬਲੱਡ ਪ੍ਰੈਸ਼ਰ ਅਤੇ ਨਬਜ਼ ਬਿਲਕੁਲ ਠੀਕ ਠਾਕ ਚੱਲ ਰਹੀ ਹੈ। ਉਹਨਾਂ ਦੱਸਿਆ ਕਿ ਥੋੜ੍ਹੀ ਘਬਰਾ ਗਈ ਹੈ ਅਤੇ ਬਹੁਤ ਜਲਦੀ ਲੜਕੀ ਠੀਕ ਹੋ ਜਾਵੇਗੀ। ਇੰਜੈਕਸ਼ਨ ਲੱਗਾ ਘਰ ਆਣ ਕੇ ਖਾਣਾ ਵੈਸੇ ਖਾਧਾ, ਪਰ ਉਸ ਦਿਨ ਦਾ ਟਾਈਮ ਸੋ ਰਹੀ ਸੀ ਬੱਚੀ ਅਤੇ ਬਾਅਦ ਵਿੱਚ ਇਹਨੇ ਹੋਸ਼ ਨਹੀਂ ਕੀਤੀ, ਸ਼ਾਮ ਦੀ ਉਲਟੀਆਂ ਕਰਦੀ ਰਹੀ ਆ। ਬਾਕੀ ਕੋਈ ਅਸੀਂ ਇੱਥੇ ਸਰਕਾਰੀ ਹੋਸਪਿਟਲ ਲੈ ਕੇ ਸਿਵਲ 'ਚ ਮੋਢੇ 'ਤੇ ਲੱਗੇ ਸਰ। ਕਿੱਥੇ ਲੱਗਾ? ਦੀਨਾਨਗਰ ਲੱਗਾ ਕੰਨਿਆ ਸਕੂਲ। ਸਰ ਕੱਲ੍ਹ ਮੈਡਮ ਨੇ ਕਿਹਾ ਕਿ ਐਪਲੀਕੇਸ਼ਨ ਲੈ ਕੇ ਆਇਓ ਅਤੇ ਅਸੀਂ ਟੀਕਾ ਨਹੀਂ ਲਗਾਵਾਂਗੇ, ਅਤੇ ਐਪਲੀਕੇਸ਼ਨ ਬੱਚੇ ਲੈ ਕੇ ਗਏ ਅਤੇ ਉਹ ਪ੍ਰਿੰਸੀਪਲ ਵੀ ਨਹੀਂ ਮੌਜੂਦ ਹੈਗੀ ਸੀ ਅਤੇ ਦੂਸਰੇ ਬੱਚੇ ਵੀ ਨਹੀਂ ਜਿਹਨਾਂ ਐਪਲੀਕੇਸ਼ਨ ਮੰਗਾਈ ਉਹ ਵੀ ਨਹੀਂ ਮੌਜੂਦ ਹੈਗੇ ਸੀ ਉੱਥੇ। ਹਾਂਜੀ ਸਰ, ਅਸੀਂ ਤਾਂ ਕਹਿੰਦੇ ਬੇਟੀ ਕਹਿੰਦੀ ਕਿ ਮੈਂ ਉਹਨਾਂ ਨੂੰ ਕਿਹਾ ਕਿ ਟੀਕਾ ਨਹੀਂ ਲਗਾਉਣਾ ਹੈਗਾ ਵੀ ਮੈਨੂੰ ਦਵਾਈ ਚੱਲਦੀ ਪਈ ਆ, ਲੇਕਿਨ ਉਹਨਾਂ ਟੀਕਾ ਲਗਾ ਦਿੱਤਾ ਬੱਚੇ ਨੂੰ। ਨਹੀਂ ਉਸੇ ਟਾਈਮ ਨਹੀਂ ਹੋਈ, ਕਹਿੰਦੀ ਕਿ ਸਰੀਰ ਬਹੁਤ ਦਰਦ ਕਰਦਾ ਪਿਆ ਸੀ ਉਹਦਾ, ਡਾਕਟਰ ਕਹਿੰਦੇ ਬੇਟੀ ਠੀਕ ਹੈਗੀ ਆ, ਕਹਿੰਦੇ ਡਰਦਾ ਦਵਾ ਨਹੀਂ, ਅਜੇ ਤਾਂ ਸਰ ਨਹੀਂ ਆਈ ਕੁੜੀ ਨੂੰ ਹੋਸ਼। ਆ ਗੁੜੀਆ ਜੀ ਸਕੂਲ ਦੇ ਵਿੱਚ ਦੀਨਾਨਗਰ ਆਪਣੇ ਸਰਕਾਰੀ ਸਕੂਲ ਦੇ ਵਿੱਚ ਪੜ੍ਹਨ ਲਈ ਗਏ ਹੋਏ ਸੀ ਅਤੇ ਮਾਸਟਰਾਂ ਨੇ ਕਿਹਾ ਕਿ ਇਹਨਾਂ ਦੇ ਟੀਕਾ ਲੱਗਣਾ, ਕੋਈ ਕੁੜੀ ਨੇ ਮਨਾ ਵੀ ਕੀਤਾ ਸੀ ਕਿ ਟੀਕਾ ਮੈਂ ਨਹੀਂ ਲਗਵਾਉਣਾ, ਲੇਕਿਨ ਟੀਚਰਾਂ ਨੇ ਜ਼ਬਰਦਸਤੀ ਇਹਨੂੰ ਟੀਕਾ ਲਗਵਾ ਦਿੱਤਾ ਜੀ। ਅਤੇ ਜਦੋਂ ਦੀ ਕੁੜੀ ਸਕੂਲ ਦੇ ਛੁੱਟੀ ਹੋਣ ਦੇ ਬਾਅਦ ਘਰ ਆਈ ਹੋਈ ਆ, ਉਦੋਂ ਦੀ ਕਦੇ ਬੇਹੋਸ਼ ਹੋ ਰਹੀ, ਕਦੇ ਉਲਟੀਆਂ ਕਰ ਰਹੀ ਆ ਜੀ। ਅਤੇ ਅਸੀਂ ਜਦੋਂ ਦਾ ਸਾਨੂੰ ਪਤਾ ਲੱਗਾ ਕਿ ਕੁੜੀ ਠੀਕ ਨਹੀਂ, ਅਸੀਂ ਹੋਸਪਿਟਲ ਲੈ ਆਏ। ਇਸ ਵੇਲੇ ਬੇਹੋਸ਼ ਆ ਜੀ ਕੁੜੀ ਤੁਹਾਡੇ ਸਾਹਮਣੇ ਆ ਜੀ। ਕਹਿੰਦਾ ਜੀ ਸਕੂਲ ਦੀ ਔਰ ਜਿਹੜੇ ਵੀ ਡਾਕਟਰ ਨੇ ਇਹਦੇ ਟੀਕਾ ਲਾਇਆ ਉਹਦੀ ਪੂਰੀ ਕਾਰਵਾਈ ਹੋਣੀ ਚਾਹੀਦੀ ਹੈ। ਕਿ ਇਸ ਟੀਕੇ ਦਾ ਮਤਲਬ ਕੀ ਆ? ਪਹਿਲਾਂ ਤਾਂ ਜਿਹਦੇ ਬੱਚੇ ਦੇ ਟੀਕਾ ਲਾਉਣਾ ਉਹਦੇ ਮੰਮੀ ਡੈਡੀ ਨੂੰ ਬੁਲਾਓ ਔਰ ਉਹਨੂੰ ਦੱਸੋ ਕਿ ਇਹ ਜਿਹਦੇ ਲਈ ਵੀ ਆ ਟੀਕਾ ਲਗਾਇਆ ਜਾ ਰਿਹਾ, ਕਿਹੜੀ ਬਿਮਾਰੀ ਦਾ ਲਗਾਇਆ ਜਾ ਰਿਹਾ ਜਾਂ ਕਿਉਂ ਲਗਾਇਆ ਜਾ ਰਿਹਾ, ਪਹਿਲਾਂ ਦੱਸੋ, ਫਿਰ ਮਨਜ਼ੂਰੀ ਲਓ, ਮਾਂ ਪਿਓ ਕੋਲ ਫਿਰ ਲਗਵਾਓ। ਇਸ ਤਰ੍ਹਾਂ ਜ਼ਬਰਦਸਤੀ ਕੋਈ ਟੀਕਾ ਨਾ ਲਗਾਓ, ਬਿਲਕੁਲ ਹੋਸ਼ ਨਹੀਂ ਕਰ ਰਹੀ ਇਸ ਵੇਲੇ। ਨਹੀਂ, ਟੀਕਾ ਲੜਕੀ ਨੂੰ ਲੱਗਾ ਅੱਜ ਦੁਪਹਿਰੇ,
ਟੀਕੇ ਨਾਲ ਕੋਈ ਪ੍ਰੋਬਲਮ ਨਹੀਂ ਆਈ, ਟੀਕਾ ਬਾਕੀ ਬੱਚਿਆਂ ਨੂੰ ਵੀ ਲੱਗਾ, ਬੱਚੀ ਤੁਰ ਕੇ ਆਪਣੇ ਘਰ ਗਈ ਹੈ, ਉੱਥੇ ਸੁੱਤੀ ਹੈ, ਸਾਡੇ ਕੋਲ ਬੱਚਾ ਆਇਆ ਹੈ, ਉਹਦਾ ਪਲਸ ਬੀ ਪੀ ਬਿਲਕੁਲ ਨੋਰਮਲ ਹੈਗਾ, ਕੋਈ ਤੁਹਾਨੂੰ ਪ੍ਰੋਬਲਮ ਕੋਈ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਹੀਂ ਹੈਗੀ, ਸਿਰਫ ਬੱਚਾ ਘਬਰਾ ਗਿਆ, ਡਰ ਗਿਆ, ਜਿਹੜਾ ਇਹਨੇ ਉਹਦੇ ਮਾਂ ਪਿਓ ਦੇ ਅਨੁਸਾਰ ਵਟਸਐਪ ਜਾਂ ਸੋਸ਼ਲ ਮੀਡੀਆ ਤੋਂ ਉਹਨੇ ਕਿਤੇ ਪਹਿਲਾਂ ਦੇਖਿਆ ਵੀ ਟੀਕੇ ਨਾਲ ਇੱਦਾਂ ਹੋ ਜਾਏਗਾ, ਇੱਦਾਂ ਹੋ ਜਾਏਗਾ, ਉਹ ਬੱਚਾ ਘਬਰਾ ਗਿਆ ਉਹ ਸੋਸ਼ਲ ਮੀਡੀਆ ਦੀ ਨੈਗੇਟਿਵ ਖਬਰ ਦੇਖ ਕੇ। ਅਦਰਵਾਈਜ਼ ਬਿਲਕੁਲ ਕੋਈ ਪ੍ਰੋਬਲਮ ਨਹੀਂ ਹੈਗੀ, ਬੱਚਾ 100% ਠੀਕ ਹੈ, ਅਸੀਂ ਉਹਨੂੰ ਹੁਣੇ ਘਰ ਭੇਜਣ ਲੱਗੇ ਹਾਂ। ਬੇਹੋਸ਼ ਉਹ ਸੁੱਤੀ ਸੀ ਘਰ ਜਾ ਕੇ, ਬੱਚੇ ਦੇ ਦਿਮਾਗ 'ਚ ਇਹ ਡਰ ਬਹਿ ਗਿਆ, ਬਸ ਹੋਰ ਕੋਈ ਗੱਲ ਨਹੀਂ, ਮੈਡੀਕਲੀ ਬੱਚਾ ਬਿਲਕੁਲ 100% ਫਿੱਟ। ਕੁਝ ਝੂਠੀਆਂ ਅਤੇ ਗਲਤ ਅਫਵਾਹਾਂ ਹੈਗੀਆਂ, ਲੋਕਾਂ ਨੂੰ ਚਾਹੀਦਾ ਇਹਦੇ ਪਿੱਛੇ ਨਾ ਜਾਣ। ਇਹ ਬਿਲਕੁਲ ਇੰਡੀਆ ਲੈਵਲ 'ਤੇ ਇਹ ਮੁਹਿੰਮ ਚੱਲ ਰਹੀ ਹੈ ਜਿਹਦੇ ਨਾਲ ਅਸੀਂ ਮੀਜ਼ਲਸ ਰੂਬੇਲਾ ਨੂੰ ਖਤਮ ਕਰਾਂਗੇ। ਜਿੱਦਾਂ ਪਲਸ ਪੋਲੀਓ ਹੁੰਦਾ ਹੈ, ਇਹ ਹੁਣ ਇੱਕ ਪਲਸ ਪੋਲੀਓ ਦੀ ਤਰ੍ਹਾਂ ਹੀ ਟੀਕਾਕਰਨ ਜਿਹੜਾ ਚੱਲ ਰਿਹਾ ਹੈ, ਇਹ ਸਾਡੇ ਹਿੰਦੁਸਤਾਨ ਦੇ ਭਵਿੱਖ ਵਾਸਤੇ ਬਹੁਤ ਵਧੀਆ। ਇਹੋ ਜਿਹੀਆਂ ਅਫਵਾਹਾਂ 'ਤੇ ਬਿਲਕੁਲ ਨਾ ਜਾਣ। ਮੈਂ ਅਤੇ ਮੇਰੇ ਸਹਿਯੋਗੀ ਡਾਕਟਰ, ਸਾਡੇ ਬੱਚੇ ਹੈਗੇ ਨੇ, ਅਸੀਂ ਸਾਰਿਆਂ ਨੇ ਆਪਣੇ ਬੱਚਿਆਂ ਨੂੰ ਫੋਰ ਐਨ ਐਗਜ਼ਾਮਪਲ ਪਹਿਲਾਂ ਟੀਕੇ ਲਵਾ ਕੇ ਦੱਸੇ ਨੇ। ਵਟਸਐਪ 'ਤੇ ਆਪਾਂ ਫੋਟੋਆਂ ਪਾਈਆਂ ਕਿ ਮੈਂ ਆਪਣੇ ਬੇਟੇ ਨੂੰ ਬੇਟੀ ਨੂੰ ਟੀਕਾ ਲਵਾਇਆ ਹੈ। ਨਿਊਜ਼ ਡੈਸਕ ਤੋਂ ਡਾਕਟਰ ਰਮੇਸ਼ ਰੰਗਲ ਦੀ ਰਿਪੋਰਟ, ਲਿਵਿੰਗ ਪੰਜਾਬ ਨਿਊਜ਼।